ਆਪਸ਼ਨ ਹੈਗੀ ਭਾਈ ਆਪਸ਼ਨ ਹੈਗੀ ਆ ਸੁਖਵੀਰ ਸਿੰਘ ਬਾਦਲ ਮਾੜਾ ਨਹੀਂ ਫਿਰ ਤਾਂ ਅਕਾਲੀ ਦਲ 100 ਗੁਣਾ ਚੰਗੇ ਆ ਇਹਨਾਂ ਨੂੰ ਪਤਾ ਕੀ ਆ ਜਿਹੜੇ 92 ਜਿੱਤੇ ਨਾ ਆਮ ਆਦਮੀ ਪਾਰਟੀ ਦੇ ਮੈਨੂੰ ਲੱਗਦਾ ਉਹਨਾਂ ਨੇ ਤਰੱਕੀ ਦੇ ਨਾਂ ਤੇ ਆਦੇ ਵਜਨ ਹੀ ਵਧਾਇਆ ਗਿੱਪੀ ਗਰੇਵਾਲ ਬਾਰੇ ਕਿਹੜੇ ਘੱਟ ਫੋਮਾਂ ਉੱਡੀਆਂ ਨੇ ਇਹ ਵੀ ਤਾਂ ਖਾਂਦਾ ਹੀ ਆ ਨਵੇਂ ਬੰਦਿਆਂ ਨੂੰ ਚਾਂਸ ਦਿੰਦਾ ਇਹ ਪਰ ਪਹਿਲਾਂ ਨਾ ਕਹਿੰਦਾ ਸੀ ਸਲਮਾਨ ਖਾਨ ਬਾਈ ਮੇਰਾ ਇਹ ਮੇਰਾ ਉਹ ਸਭ ਤੋਂ ਵੱਡਾ ਫੇਲਿਅਰ ਇਸ ਵਕਤ ਗਵਰਨਮੈਂਟ ਦਾ ਹੋ ਰਿਹਾ ਜਿਹੜੀ ਇਸ ਵਕਤ ਕੀ ਵਿਚਾਰ ਆ ਮੌਸਮ ਬਹੁਤ ਹੀ ਅੱਜ ਮੌਸਮ ਚੇਂਜ ਹੋ ਗਿਆ ਬਾਈ ਹਾਂ ਇੰਡੀਆ ਦਾ ਜਮਾ ਹੀ ਠੰਡ ਹੋ ਗਈ ਹਾਂ ਇਦਾਂ ਕਹਾਣੀ ਆ ਮੌਸਮ ਦੀ ਤੇ ਇੰਡੀਆ ਠੰਡ ਆ ਲੇਕਿਨ ਦੁਬਈ ਦਾ ਮੌਸਮ ਬਹੁਤ ਸੋਹਣਾ ਵਾ ਅੱਛਾ ਜੀ ਵੈਲਕਮ ਆ ਤੁਹਾਡਾ ਸਾਡੇ ਵਲੌਗ ਦੇ ਵਿੱਚ ਤੇ ਆਪਣੇ ਚੈਨਲ ਦਾ ਨਾਂ ਹੈਗਾ ਡੂਬਰੋ ਵਲੌਗ ਮੈਂ ਤੇ ਛੋਟਾ ਭਰਾ ਅਸੀਂ ਦੋਨੇ ਆਪਦੀਆਂ ਮਤਲਬ ਦਿਲ ਦੀਆਂ ਗੱਲਾਂ ਪਾਉਂਦੇ ਰਹਿੰਦੇ ਹਾਂ ਜਿੱਥੇ ਵੀ ਅਸੀਂ ਘੁੰਮਣ ਫਿਰਨ ਜਾਂਦੇ ਹਾਂ ਉਹਨੂੰ ਅਸੀਂ ਕੈਪਚਰ ਕਰ ਲੈਂਦੇ ਹਾਂ ਉਹ ਅਸੀਂ ਵਲੌਗ ਪਾ ਦਿੰਦੇ ਹੁੰਦੇ ਹਾਂ ਜਿਹੜੇ ਬੰਦੇ ਨਵੇਂ ਆ ਜਿਹਨੂੰ ਨਹੀਂ ਪਤਾ ਦੁਬਈ 'ਚ ਅਸੀਂ ਰਹਿੰਦੇ ਹਾਂ ਦੁਬਈ 'ਚ ਆਪਾਂ ਡਿਊਟੀਆਂ ਵੀ ਕਰਦੇ ਹਾਂ ਬਿਜ਼ਨਸ ਵੀ ਕਰਦੇ ਹਾਂ ਔਰ ਜੌਬਾਂ ਵੀ ਸਾਰਾ ਕੁਛ ਵਲੌਗਿੰਗ ਵੀ ਕਰਦੇ ਹਾਂ ਅਤੇ ਇੰਨੇ ਕੰਮ ਅਸੀਂ ਇਕੱਠੇ ਕਰੀ ਜਾਂਦੇ ਹਾਂ ਅਤੇ ਇਹ ਆ ਨਵੇਂ ਬੰਦਿਆਂ ਲਈ ਫਿਰ ਦੂਜੀ ਇਨਫੋਰਮੇਸ਼ਨ ਥੈਂਕ ਯੂ ਸੋ ਮੱਚ ਸਾਨੂੰ ਇੰਨਾ ਪਿਆਰ ਇੰਨਾ ਪਿਆਰ ਦੇਣ ਲਈ ਅਤੇ ਮਤਲਬ ਜੋ ਅਸੀਂ ਵੀਡੀਓ ਅਪਲੋਡ ਕੀਤੀਆਂ ਨੇ ਰੀਸੈਂਟਲੀ ਤੁਸੀਂ ਖੁਦ ਜਾ ਕੇ ਚੈਨਲ 'ਤੇ ਦੇਖ ਲਿਓ ਬਹੁਤ ਜ਼ਿਆਦਾ ਮਤਲਬ ਵਿਊਜ਼ ਕਮੈਂਟ ਆ ਰਹੇ ਨੇ ਲਾਈਕ ਕਮੈਂਟ ਆ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਦੋ ਹੀ ਨੈਗੇਟਿਵ ਨੇ ਬਾਕੀ ਸਾਰੇ ਓਕੇ ਨੇ ਠੀਕ ਆ ਬਹੁਤ ਸੋਹਣੇ ਸਬਸਕ੍ਰਾਈਬਰ ਆ ਰਹੇ ਨੇ ਕਾਫੀ ਵੱਧ ਗਏ ਚੱਲਦੇ ਸਾਡੇ ਕਾਫੀ ਮਤਲਬ ਸਬਸਕ੍ਰਾਈਬਰ ਸਾਡਾ ਗ੍ਰਾਫ ਵਧੀਆ ਉੱਤੇ ਨੂੰ ਜਾ ਰਿਹਾ ਥੈਂਕ ਯੂ ਸੋ ਮਚ ਫੋਰ ਸਬਸਕ੍ਰਾਈਬ ਉਹਦੇ ਲਈ ਧੰਨਵਾਦ ਤੁਹਾਡਾ ਸਾਰਿਆਂ ਦਾ ਦਿਲੋਂ ਤਹਿ ਦਿਲੋਂ ਧੰਨਵਾਦ ਅਤੇ ਅੱਜ ਦਾ ਆਪਣਾ ਵਲੌਗ ਆ ਤੁਹਾਨੂੰ ਦੱਸਿਆ ਆਪਾਂ ਤਾਂ ਆਵਾਜ਼ ਚੱਕਾਂਗੇ ਹੈ ਨਾ ਬੋਲਾਂਗੇ ਹੈ ਨਾ ਔਰ ਕਰਨ ਔਜਲੇ ਦੀ ਵੀ ਬੋਲੀ ਸੀ ਕਿਉਂ ਆਇਆ ਦੁਬਈ ਆ ਗਿੱਪੀ ਗਰੇਵਾਲ ਦੇ ਘਰ ਹਮਲਾ ਹੋਇਆ ਕਿਉਂ ਆਇਆ ਉਹ ਹਮਲਾ ਕਿਹਨੇ ਕੀਤਾ ਹੋਊ ਜਾਂ ਕਿਵੇਂ ਹੋਇਆ ਹੋਊ ਉਹਦੇ ਕੀ ਕੋਨਸੀਕੁਐਂਸਿਸ ਨੇ ਹੈ ਨਾ ਇਹ ਮਤਲਬ ਇਹਨਾਂ ਦੇ ਬੀਜੇ ਕੰਡੇ ਔਰ ਅੱਜ ਦੀ ਜੋ ਇਨਫੋਰਮੇਸ਼ਨ ਆ ਅੱਜ ਦੀ ਜੋ ਇਨਫੋਰਮੇਸ਼ਨ ਆ ਐਲੀ ਮਾਂਗਟ 'ਤੇ ਹਮਲਾ ਕਰਨ ਚੱਲੇ ਸੀ ਬੰਦੇ ਐਨ ਆਈ ਏ ਨੇ ਉਹਨਾਂ ਨੂੰ ਫੜਿਆ ਅਤੇ ਐਂ ਨਹੀਂ ਹੈਗਾ ਵੀ ਉਹ ਕਰਨ ਚੱਲੇ ਸੀ ਤਾਂ ਉਹ ਫੜਨ ਗਏ ਸੀ ਐਨ ਆਈ ਏ ਹੈ ਨਾ ਅਤੇ ਐਨ ਆਈ ਏ ਨੇ ਜਦੋਂ ਫੜਿਆ ਉਹਨਾਂ ਤੋਂ ਇਨਵੈਸਟੀਗੇਸ਼ਨ ਕੀਤੀ ਪੁੱਛਤਾਛ ਕੀਤੀ ਨਾ ਉਹਨਾਂ ਨੂੰ ਪੁੱਛਤਾਛ ਕੀਤੀ ਤਾਂ ਉਹਨਾਂ ਤੋਂ ਉਦੋਂ ਪਤਾ ਲੱਗਿਆ ਵੀ ਅਸੀਂ ਤਾਂ ਉਹ 'ਤੇ ਅਟੈਕ ਕਰਨ ਚੱਲੇ ਸੀ ਹੈ ਨਾ ਅਤੇ ਹਿਸਾਬ ਫੜਿਆ ਗਿਆ ਅਤੇ ਉਹਦੀ ਜਾਨ ਬਚ ਗਈ ਉਹਦੀ ਜਾਨ ਬਚ ਗਈ ਹੁਣ ਇਹ ਆਪਾਂ ਟੋਪਿਕ ਕਰਾਂਗੇ ਕੰਟੀਨਿਊ ਸਾਨੂੰ ਗੱਡੀ ਪਾਰਕਿੰਗ ਕਰ ਲੈਣ ਦਿਓ ਹੈ ਨਾ ਤੇਲ ਪਵਾ ਲਈਏ ਤੇਲ ਪਵਾਉਣ ਤੋਂ ਬਾਅਦ ਗੱਡੀ ਪਾਰਕ ਕਰਕੇ ਤੁਹਾਨੂੰ ਫਿਰ ਆਪਾਂ ਤਹਿ ਲਾਉਂਦੇ ਇਹਨਾਂ ਦੀ ਸਾਲਿਆਂ ਦੀ ਸਮਝ ਗਿਆ ਬਾਬਾਸ ਲਓ ਵੀ ਮੈਂ ਵਾਪਸ ਹੀ ਲੈਂਦਾ ਸੀ ਜਾਨੂੰ ਕੈਮਰਾ ਆਉਣ ਆਪਣਾ ਟਰੈਵਲਿੰਗ ਕਰਕੇ ਆਪਾਂ ਆ ਗਏ ਇੱਥੇ ਤੱਕ ਪਾਰਕਿੰਗ ਗੱਡੀ ਲਾ ਲਈ ਆ ਗੱਲ ਆਪਣੀ ਕਿੱਥੇ ਸੀਗੀ ਐਲੀ ਮਾਂਗਟ ਤੇ ਬਚ ਗਿਆ ਵਿਚਾਰਾ ਹੈ ਨਾ ਬਚ ਗਿਆ ਬੰਦਾ ਬਚ ਗਿਆ ਨਾ ਗੇਮ ਲੱਗ ਗਿਆ ਨਹੀਂ ਅਚਾਨਕ ਹੀ ਉਹ ਫੜੇ ਗਏ ਉਹਨਾਂ ਨੇ ਦੱਸਿਆ ਵੀ ਤੇ ਇਹ ਕੰਮ ਕਰਨ ਚੱਲੇ ਸੀ ਜੇ ਨਾ ਹੱਥਾਂ ਦੇ ਭਾਈ ਚੱਕ ਰਹੇ ਸੀ ਇੱਕ ਮਾਂ ਦਾ ਪੁੱਤ ਹੋਰ ਮਰ ਗਿਆ ਸੀਗਾ ਫਿਰ ਮਾਰਤਾ ਸੀ ਨਾ ਕਰਤਾ ਸੀ ਨਾ ਖਤਮ ਕਿਸੇ ਮਾਂ ਦਾ ਪੁੱਤ ਕਰ ਦੇਣਾ ਸੀ ਖਤਮ ਜਿਹੋ ਜਿਹਾ ਮਰਜ਼ੀ ਹੋਵੇ ਬੰਦਾ ਮਾੜਾ ਚੰਗਾ ਲੇਕਿਨ ਉਹਨੂੰ ਉਹਦੇ ਗੋਲੀਆਂ ਮਾਰ ਜਾਣੀਆਂ ਸੀ ਉਹਨਾਂ ਨੇ ਗੱਲ ਤਾਂ ਤੁਸੀਂ ਵੀ ਸਮਝ ਹੀ ਗਏ ਹੋਵੋਗੇ ਜੋ ਅੱਜ ਨਿਊਜ਼ ਚੱਲ ਰਹੀ ਹੈ ਐਨ ਆਈ ਏ ਨੇ ਬੰਦੇ ਫੜੇ ਪਿੱਛਾ ਕਰਕੇ ਉਹਨਾਂ ਨੂੰ ਕੋਈ ਸ਼ੱਕ ਹੋਣਾ ਜਾਂ ਕਿਤੇ ਵੀ ਅਤੇ ਗੋਲੀਬਾਰੀ ਵੀ ਹੋਈ ਉਹਨਾਂ 'ਚ ਬੰਦੇ ਫੜ ਲਏ ਥੋੜ੍ਹੇ ਟਾਈਮ ਬਾਅਦ ਮੈਨੂੰ ਤਾਂ ਲੱਗਦਾ ਵੀ ਸ਼ੂਟ ਕਰ ਦੇਣੇ ਚਾਹੀਦੇ ਸੀ ਹੈ ਨਾ ਕਹਾਣੀ ਖਤਮ ਹੈ ਨਾ ਅਤੇ ਉਹਨਾਂ ਤੋਂ ਜਦੋਂ ਪੁੱਛਤਾਛ ਕੀਤੀ ਪੁੱਛ ਦੱਸ ਉਹ ਕਹਿੰਦੇ ਵੀ ਅਸੀਂ ਅਟੈਕ ਕਰਨ ਚੱਲੇ ਸੀ ਐਲੀ ਮਾਂਗਟ 'ਤੇ ਅਤੇ ਹੁਣ ਦੱਸ ਦਿਓ ਫਿਰ ਜਿਹੜੀ ਆ ਹੁਣ ਜਿਹਨੇ ਸਾਡਾ ਪੁਰਾਣਾ ਵਲੌਗ ਦੇਖਿਆ ਕਰਨ ਔਜਲੇ ਦਾ ਵਲੌਗ ਦੇਖਿਆ ਜਾਂ ਪਹਿਲਾਂ ਅਸੀਂ ਗੱਲਾਂ ਕਰਦੇ ਆਉਂਦੇ ਹਾਂ ਆਹੀ ਗੱਲਾਂ ਕਰਦੇ ਆਉਂਦੇ ਹਾਂ ਅਸੀਂ ਆਹੀ ਗੱਲਾਂ ਕੰਡੇ ਆਪ ਬੀਜੇ ਜਿਹੜੇ ਤੁਸੀਂ ਕੰਡੇ ਆਪ ਬੀਜੇ ਆ ਨਾ ਤੁਹਾਨੂੰ ਚੁਗਣੇ ਪੈਣੇ ਇੱਦਾਂ ਹੀ ਚੁਗੋਗੇ ਇੱਦਾਂ ਹੀ ਚੁਗੋਗੇ ਇਹ ਸਾਰੀ ਦੀ ਸਾਰੀ ਗਲਤੀ ਗੈਂਗਸਟਰ ਪੰਜਾਬ ਦੇ ਵਿੱਚ ਫੈਲਿਆ ਵੀ ਨਾ ਹਾਂ ਇਹਨਾਂ ਕਰਕੇ ਆ ਜਿਹੜਾ ਸੈਲੀਬ੍ਰਿਟੀ ਆ ਜਿਹੜੇ ਨਾ ਕੀ ਨਾਂ ਪਿੱਛੇ ਕੀ ਲਾ ਡੱਲਾ ਕੁਛ ਨਾਂ ਫੁੱਲ ਨਹੀਂ ਪਤਾ ਮੈਨੂੰ ਡੱਲਾ ਗੈਂਗਸਟਰ ਆ ਉਹਦਾ ਨਾਮ ਆ ਰਿਹਾ ਵਾ ਉਹਦੇ ਬੰਦੇ ਉਹਨੇ ਭੇਜੇ ਸੀ ਗੁਰਗੇ ਮਤਲਬ ਆਪਦੇ ਸ਼ਾਰਪ ਸ਼ੂਟਰ ਜਿਹਨੂੰ ਕਹਿ ਦਿੰਦੇ ਆ ਇਹ ਠੀਕ ਆ
ਨਾ ਤਾਂ ਸਾਨੂੰ ਮਤਲਬ ਕੋਈ ਗੈਂਗਸਟਰ ਨਾਲ ਲੈਣਾ ਦੇਣਾ ਨਾ ਕਿਸੇ ਹੋਰ ਨਾਲ, ਹੈ ਨਾ। ਉਹਨਾਂ ਨੇ ਆਪਦਾ ਕੰਮ ਕਰਨਾ ਕਰੀ ਜਾਣਾ, ਕਿਸੇ ਦੇ ਕਹਿਤੇ ਹਟਣਾ ਨਹੀਂ, ਕਿਉਂਕਿ ਉਹ ਲੈਣ 'ਤੇ ਤੁਰ ਪਏ। ਇਹ ਲੈਣ ਇਹੋ ਜਿਹੀ ਆ, ਇਹ ਪਟੜੀ ਇਹੋ ਜਿਹੀ ਆ, ਤੁਸੀਂ ਇਹਦਾ ਅੱਗੇ ਨੂੰ ਜਾਣ ਦਾ ਰਾਸਤਾ ਤਾਂ ਹੈ, ਪਿੱਛੇ ਨੂੰ ਮੋੜਨ ਦਾ ਨਹੀਂ। ਪਿੱਛੇ ਨੂੰ ਅੱਗੇ ਵੀ ਮੌਤ ਆ ਉਹਨਾਂ ਦੇ, ਪਿੱਛੇ ਵੀ ਮੌਤ ਆ, ਤਾਂ ਹੀ ਉਹ ਫਿਰ ਉਹ ਇੱਕ ਪਾਸੇ ਹੀ ਤੁਰੇ ਜਾਂਦੇ ਨੇ ਬਾਈ, ਜਦ ਮਰਨਾ ਹੀ ਆ ਤਾਂ ਫਿਰ ਆਪਦਾ, ਫਿਰ ਉਹਨਾਂ ਦੇ ਆਪਦੇ ਖਰਚੇ ਪਾਣੀ। ਅਤੇ ਇਹ ਆਉਂਦਾ ਵੀ ਸਾਡੇ ਗੈਂਗ ਦਾ ਨਾਮ ਵੱਡਾ ਹੋਵੇ, ਵੱਡਾ ਬੰਦਾ ਇਹਨੂੰ ਆਪਾਂ ਮਾਰੀਏ ਤਾਂ ਨਾਮ ਵੱਡਾ ਹੋਊ। ਹਾਂ, ਕਿਸੇ ਸੈਲੀਬ੍ਰਿਟੀ ਨੂੰ ਕੋਈ, ਹੁਣ ਦੇਖੋ ਪੰਜਾਬ ਦੇ ਵਿੱਚ, ਮੈਂ ਦੱਸਾਂ ਤੁਹਾਨੂੰ, ਪੰਜਾਬ ਦੇ ਵਿੱਚ ਬਹੁਤ ਇਹੋ ਜਿਹੀਆਂ ਵਾਰਦਾਤਾਂ ਡੇਲੀ ਬੇਸ 'ਤੇ ਹੋ ਰਹੀਆਂ ਨੇ, ਲੇਕਿਨ ਕਿਸੇ ਅਕਾਊਂਟਿੰਗ 'ਚ ਆਉਂਦੀਆਂ ਨਹੀਂ। ਕਿਸੇ ਸੈਲੀਬ੍ਰਿਟੀ ਨੂੰ ਕੱਲ੍ਹ ਥੋੜ੍ਹਾ ਜਿਹਾ ਉਹਤੇ ਫਾਇਰਿੰਗ ਹੋਈ ਹੈ ਜਾ ਕੇ, ਹੈ ਨਾ, ਹਲਕੀ ਜੀ, ਅਤੇ ਇਹ ਤਾਂ ਅਟੈਕ ਹੋਣ ਵਾਲਾ ਸੀ, ਇਹ ਨਿਊਜ਼ ਹੋਇਆ ਨਾ, ਭੈਣ ਚੋ ਪੂਰੇ ਪੰਜਾਬ 'ਚ ਨਿਊਜ਼ ਫੈਲ ਗਈ, ਨਿਊਜ਼ ਦੇ ਵਿੱਚ ਹੋਇਆ ਨਾ, ਚੱਲਿਆ ਨਾ ਭੁਚਾਲ, ਇੱਕ ਤਰੀਕੇ ਨਾਲ ਆਇਆ ਨਾ ਚੰਗੀ ਤਰ੍ਹਾਂ। ਆਹੀ ਫਰਕ ਆ ਨੋਰਮਲ ਬੰਦੇ ਅਤੇ ਸੈਲੀਬ੍ਰਿਟੀ ਦੀ ਲਾਈਫ ਦੇ ਵਿੱਚ, ਹੈ ਨਾ। ਇਹੀ ਆਪਣਾ ਕਹਿਣਾ ਵਾ, ਇਹੀ ਇਹਨਾਂ ਨੂੰ ਬੋਲਣਾ ਚਾਹੀਦਾ। ਇਹ ਤੁਸੀਂ ਬੋਲੋਗੇ ਤਾਂ ਤੁਸੀਂ ਵੀ ਬਚੋਗੇ ਤੇ ਆਮ ਲੋਕੀ ਵੀ ਬਚ ਜਾਣਗੇ, ਤੁਹਾਡੀ ਕਹੀ ਗੱਲ ਹਰ ਤੱਕ ਪਹੁੰਚ ਜਾਣੀ ਆ। ਉਹ ਵੀ 5 ਮਿੰਟ ਤੁਸੀਂ ਲਾਈਵ ਹੋ ਕੇ ਬੋਲ ਦੋ ਨਾ, 5 ਮਿੰਟ ਉਹਦੇ ਨਾਲ ਹਰ ਜਗ੍ਹਾ ਤੁਹਾਡੀ ਗੱਲ ਪਹੁੰਚ ਜਾਣੀ ਆ। ਕਿਸੇ ਕੋਲ ਚੱਲ ਸੀਐਮ ਕੋਲ ਜਾਣਾ ਤਾਂ ਬੱਕਰ ਵੱਡੀ ਗੱਲ। ਇਕੱਠ ਕਰੋ 2-4 ਬੰਦੇ, ਇੰਟਰਨਲ ਮਿਲ ਲਓ ਉਹਨੂੰ, ਖੂਫੀਆ ਮਤਲਬ ਆਦਿ, ਬਿਨਾਂ ਕਿਸੇ ਉਹ ਤੋਂ ਸੀਕ੍ਰੇਟ ਮੀਟਿੰਗ ਕਰ ਲਓ ਉਹਦੇ ਨਾਲ, ਬਈ ਹਾਂ ਗੱਲ ਆ, ਇੱਦਾਂ ਗੱਲ ਆ, ਇਹ ਹੋ ਸਕਦਾ ਵਾ। ਸ਼ਾਇਦ ਕਰਦੇ ਵੀ ਹੋਵੋ, ਪਰ ਲੇਕਿਨ ਰਿਜ਼ਲਟ ਤਾਂ ਤੁਹਾਨੂੰ ਸਾਨੂੰ ਦੇਖ ਲੈਣਾ। ਮੈਨੂੰ ਲੱਗਦਾ ਨਾ ਬਈ, ਜਿਹੜੀ ਪੰਜਾਬ ਕਮਿਊਨਿਟੀ ਆ, ਇਹ ਸੈਲੀਬ੍ਰਿਟੀ ਪੰਜਾਬੀ, ਇਹ ਇਕੱਠੇ ਨਹੀਂ ਗਏ, ਇਕੱਠੇ ਬਾਈ ਇੱਕ ਲੱਤਾਂ ਖਿੱਚਦੇ ਆ ਨਾ, ਇੱਕ ਦੂਜੇ ਦੀ ਲੱਤ, ਹੁਣ ਮੈਂ ਚੜਦਾ ਮੇਰੇ ਗਾਣਾ ਚੱਲਦਾ, ਉਹ ਬਾਈ ਇਹਨੂੰ ਤਾਂ ਫੋਨ ਕੀਤਾ ਨੀ ਤੁਸੀਂ, ਹੈ ਨਾ, ਪਰ ਉਹਨੂੰ ਫੋਨ ਕਰਾ ਰਹੇ ਆ। ਜਿਨ੍ਹਾਂ ਦੇ ਅੱਜ ਦਰਾਂ 'ਚ ਗੋਲੀਆਂ ਵੱਜਦੀਆਂ ਨਾ, ਜਿਨ੍ਹਾਂ 'ਤੇ ਅਟੈਕ ਹੋਣ ਦੀ ਪਲੈਨਿੰਗ ਹੋ ਰਹੀ ਆ, ਉਹ ਸਾਰੇ ਵਿੱਚ ਹੀ ਇਨਵੋਲਵ ਨੇ। ਆਏ ਨਹੀਂ ਹੈਗਾ ਵੀ ਉਹ ਨਵੇਂ ਫਰੈਸ਼ ਆਏ ਤਾਂ ਉਹ ਵਿਚਾਰਾ ਉਹ ਚੰਗਾ ਬੰਦਾ ਹੋਣਾ, ਇਹ ਸਾਰੇ ਇਕੱਠੇ ਹੀ ਨੇ। ਇਹਨਾਂ ਨੇ ਇੱਕ ਦੂਜੇ ਨੂੰ ਤੂਣੀ ਲਾਈ ਆ ਵੀ ਨਹੀਂ, ਉਹਨੂੰ ਚੱਕ, ਉਹ ਚੜ੍ਹਦਾ ਜਾ ਰਿਹਾ, ਉਹਨੂੰ ਖਿੱਚ, ਉਹ ਮੇਰੀ ਗੱਲ ਨਹੀਂ ਮੰਨਦਾ, ਉਹ ਮੇਰੇ ਨਾਲ ਆਹ ਅਖਾੜੇ 'ਤੇ ਨਹੀਂ ਜਾਂਦਾ, ਉਹ ਤਾਂ ਉਹ ਨਹੀਂ ਕਰਵਾਈਆਂ। ਹਾਂ, ਉਹਨੂੰ ਕਹਿ ਮੈਨੂੰ ਆਹ ਗਾਣਾ ਦੇ, ਉਹ ਮੇਰਾ ਮਿਊਜ਼ਿਕ ਕਰੇ, ਉਹਨੂੰ ਇੱਦਾਂ ਕਹਿ, ਉੱਦਾਂ ਕਹਿ। ਹੁਣ ਜਦੋਂ ਐਂਟੀ ਪਾਰਟੀ ਵਾਲੇ ਜਦੋਂ ਇਹਨਾਂ 'ਤੇ ਗੰਨ ਰੱਖਦੇ ਆ ਪੌੜਪੜੀ 'ਤੇ, ਫਿਰ ਉਹ ਸਿੱਧੂ ਦੇ ਬਾਪੂ ਨੇ ਵੀ ਕਿਹਾ ਥੋੜੇ ਦਿਨ ਪਹਿਲਾਂ, ਅਸੀਂ 5 ਸਾਲ ਪਹਿਲਾਂ ਰੋਂਦੇ ਸੀ ਇਹ ਗੱਲ ਨੂੰ, ਸਾਡੇ ਨਾਲ ਹੋ ਗਈ, ਕਹਿੰਦਾ ਤੁਹਾਡੇ ਨਾਲ ਹੋਣੀ ਆ, ਹੋਣੀ ਆ। ਇਹ ਗੱਲ ਆਪਾਂ ਵੀ ਕਹੀ ਸੀ ਪਿਛਲੇ ਬਲੌਗ ਦੇ ਵਿੱਚ, 5 ਸਾਲ ਸਭ ਨਾਲ ਹੋਣੀ ਆ। 5 ਸਾਲ ਉਹ ਝੱਲਿਆ ਤਾਪਸ ਸਿੱਧੂ ਮੂਸੇਵਾਲਾ, ਉਹ ਫਿਰ ਵੀ ਕਿੱਡੇ ਕਿੱਡੇ ਟੌਪ ਦੇ ਗਾਣੇ ਕੱਢ ਗਿਆ, ਉਹ ਦਲੇਰੀ ਨਾਲ ਤੁਰਦਾ ਫਿਰਦਾ ਰਿਹਾ, ਠੀਕ ਆ, ਮਰ ਗਿਆ ਉਹਨੂੰ ਮਾਰਤਾ, ਠੀਕ ਆ। ਅਗਰ ਉਦੋਂ ਕਿਸੇ ਇਕੱਠੇ ਹੋਏ ਹੁੰਦੇ 4 ਸਿੰਗਰ, ਹੈ ਨਾ, ਲੱਤ ਨਾ ਖਿੱਚਣ, ਉਹ ਜਿਹੜੇ ਸਿੰਗਰਾਂ ਨੇ 4 ਨੇ ਇਕੱਠੇ ਹੋਣਾ ਸੀ, ਉਹ ਉਹਦੀ ਲੱਤ ਖਿੱਚਣ ਲੱਗੇ ਹੋਏ ਸੀ, ਹੈ ਨਾ। ਅਤੇ ਇਹੀ ਚੱਕਰ ਆ, ਐਲੀਮੈਂਟ ਉਹ ਤਾਂ ਬਚ ਗਿਆ, ਮੋਮਬੱਤੀਆਂ ਚੱਕ ਕੇ ਕੱਲ ਨੂੰ ਫੇਰ ਗਲੀ ਤੁਰੇ ਫਿਰਨਾ ਸੀ, ਫਿਰ ਉਹਦੇ ਕਹਿਣਾ ਜਸਟਿਸ ਫੋਰ ਉਹਦੇ ਵਾਲਾ, ਜਸਟਿਸ ਫੋਰ ਉਹਦੇ ਲਈ, ਹੈ ਨਾ। ਉਹ ਫੁੱਦੂ ਜੀਆਂ ਗੱਲਾਂ, ਜਸਟਿਸ ਆਏ ਨੀ ਮਿਲਦੇ ਹੁੰਦੇ ਪਹਿਲੀ ਗੱਲ, ਹੈ ਨਾ, ਖਾਮੋਸ਼ ਰਹਿ ਕੇ। ਇਸ ਤੋਂ ਇਹਦੇ ਲਈ ਕੁਛ ਕਰਨਾ ਪੈਂਦਾ, ਤਕੜੇ ਕਦਮ ਚੱਕਣੇ ਪੈਂਦੇ ਹੁੰਦੇ ਆ, ਹੈ ਨਾ। ਅਤੇ ਸਭ ਤੋਂ ਵੱਡਾ ਫੇਲੀਅਰ ਇਸ ਵਕਤ ਗੌਰਮੈਂਟ ਦਾ ਹੋ ਰਿਹਾ, ਜਿਹੜੀ ਇਸ ਵਕਤ ਚੱਲ ਰਹੀ ਆ। ਮੈਨੂੰ ਸਮਝ ਨਹੀਂ ਆਉਂਦੀ ਹਾਲੇ ਤੱਕ ਕੋਈ ਐਕਸ਼ਨ, ਕੋਈ ਸਟੇਟਮੈਂਟ ਪਾਸ ਨਹੀਂ ਹੋ ਰਹੀ ਪੁਲਿਸ ਵੱਲੋਂ ਜਾਂ ਕੋਈ ਆਵਾਮ ਲਈ। ਜਦੋਂ ਇੱਕ ਸੋਸ਼ਲ ਮੀਡੀਆ 'ਤੇ ਪੈਨਿਕ ਕ੍ਰੀਏਟ ਹੁੰਦੀ ਹੋਵੇ ਨਾ, ਸਾਰਾ ਐਕਸੈਸ ਆ ਉਹਨਾਂ ਕੋਲ, ਸਾਰਾ ਐਕਸੈਸ ਆ ਉਹਨਾਂ ਕੋਲ। ਉਹਨਾਂ ਨੂੰ ਪਤਾ ਵਾ ਬਈ ਇਸ ਵਕਤ ਸੋਸ਼ਲ ਮੀਡੀਆ 'ਤੇ ਕੀ ਚੱਲ ਰਿਹਾ ਵਾ, ਹੈ ਨਾ, ਅਤੇ ਕ੍ਰਾਈਮ। ਐਟਲੀਸਟ ਕੋਈ ਪੰਜਾਬ ਦਾ DGP ਜਾਂ ਵੱਡਾ ਕੋਈ ਆ ਕੇ ਦੱਸੇ ਭਾਈ ਪੈਨਿਕ ਕਰਨ ਦੀ ਲੋੜ ਨਹੀਂ, ਅਸੀਂ ਆਹ ਚੀਜ਼ ਵੀ ਨਹੀਂ ਆ ਰਿਹਾ, ਕੋਈ ਅਸੀਂ ਆਹ ਚੀਜ਼ ਨੂੰ ਕੰਟਰੋਲ ਕਰ ਰਹੇ ਹਾਂ ਜਾਂ ਸਾਡੀ ਆਹ ਟੀਮ ਲੱਗੀ ਹੈ ਜਾਂ ਸਾਡਾ ਆਹ ਕਮੇਟੀ ਬਣਾਈ ਆ, ਇਹਨੂੰ ਅਸੀਂ ਕਰ ਰਹੇ ਹਾਂ ਜਾਂ ਅਸੀਂ। ਆਪਾਂ ਨੂੰ ਡਿਵਲਪਮੈਂਟ ਚਾਹੀਦੀ ਹੈ ਪੰਜਾਬ ਦੇ ਵਿੱਚ, ਬਾਹਰਲੀਆਂ ਕੰਪਨੀਆਂ ਆਉਣ, ਇਨਫਰਾਸਟ੍ਰਕਚਰ ਕਾਇਮ ਹੋਵੇ, ਸਾਰਾ ਕੁਛ ਮੋਸਟ ਵੈਲਕਮ। ਲੇਕਿਨ ਜਿੱਥੇ ਲਾਈਫ ਸਿਕਿਓਰ ਨਹੀਂ ਹੈਗੀ, ਲਾਈਫ ਦੀ ਸੇਫਟੀ ਹੈ ਨਹੀਂ, ਫਿਰ ਆਪਾਂ ਉੱਥੇ ਦੰਬ ਫੜ ਲੈਣਾ ਉੱਥੇ ਜਾ ਕੇ, ਹੈ ਨਾ। ਯਾਰ ਰੀਸੈਂਟਲੀ ਐਗਜ਼ਾਮਪਲ ਵੀ UP ਦੀ ਐਗਜ਼ਾਮਪਲ ਆ ਬਈ, ਉਹਨੇ ਕ੍ਰਾਈਮ ਖਤਮ ਕਰਤਾ ਜੋਗੀ ਨੇ, ਗੈਂਗਸਟਰ ਜੋ UP ਬਿਹਾਰ ਜਿੰਨਾ ਆਪਣੇ ਤਾਂ ਪੰਜਾਬ 'ਚ ਹਜੇ ਵੀ ਨਹੀਂ ਗਾ, ਹਜੇ ਵੀ ਨਹੀਂ ਹੈਗਾ, ਉਹਦਾ ਤਾਂ ਕੁਛ ਪਰਸੈਂਟ ਵੀ ਨਹੀਂ ਜਿੰਨਾ ਉੱਥੇ ਸੀ, ਜਿੰਨਾ ਉੱਥੇ ਸੀ, ਠੀਕ ਆ। ਉਹਨੇ ਕੁਛ ਟਾਈਮ ਦੇ ਵਿੱਚ ਆਉਂਦੇ ਸਰ ਖਤਮ ਕਰਤਾ, ਕਹਿ ਕੇ ਮਾਰੇ ਅਗਲੇ ਭੱਜੇ, ਉਹ ਪੰਜਾਬ 'ਚ ਆਏ ਨੇ ਅੱਧੇ ਬੱਸ ਦੇ ਵਿੱਚ, ਉਹਦੇ ਕੇ ਦੂਜੀਆਂ ਸੀਟਾਂ 'ਚ ਨਿਕਲੇ ਨੇ, ਤੇ ਉਹਨਾਂ ਦਾ ਕਹਿ ਆਏ ਹੱਥ ਜੋੜ ਕੇ ਨਿਕਲਿਆ ਬਈ ਅਸੀਂ ਇੱਥੇ ਮਰ ਜਾਵਾਂਗੇ,
ਅਸੀਂ ਚੱਲੇ ਆ, ਸਾਡੀ ਕੋਈ ਬਦਮਾਸ਼ੀ ਨੀ ਇੱਥੇ। ਜੇ ਪੁਲਿਸ ਚਾਹੇ ਕੀ ਨੀ ਕਰ ਸਕਦੀ ਬਾਈ, ਸਾਰਾ ਕੁਝ ਕਰ ਸਕਦੀ ਆ, ਹੁਣ ਕਰਨਾ ਚਾਹੀਦਾ। ਕਿੰਨੇ ਕੁ ਪੱਤ ਮਰਵਾਉਣੇ ਆ ਤੁਸੀਂ ਲੋਕਾਂ ਦੇ ਯਾਰ, ਲੈ ਲਓ ਐਕਸ਼ਨ। ਕੋਈ ਆਹ ਚੀਜ਼ ਆ ਗੌਰਮੈਂਟ ਦੀ। ਫਿਰ ਆ ਕੱਲ ਗਿੱਪੀ ਗਰਿਆਲ ਦੇ ਘਰ ਤੇ ਫਾਇਰਿੰਗ ਹੋਈ ਆ, ਉਹਦਾ ਨਾਂ ਲਿਖਿਆ ਸਟੇਟਮੈਂਟ ਤੇ, ਜਿਹਨੇ ਫੇਸਬੁੱਕ ਤੇ ਪਾਈ ਹੋਈ ਆ ਬਈ ਸਲਮਾਨ ਖਾਨ ਦਾ ਮੁੱਕਰ। ਪਹਿਲਾਂ ਨਾ ਕਹਿੰਦਾ ਸੀ ਸਲਮਾਨ ਖਾਨ ਬਾਈ ਮੇਰਾ ਇਹ ਮੇਰਾ ਉਹ, ਜਾਣ ਕੇ ਇੱਕ ਦੋ ਵਾਰ ਉਹਨੇ ਉਹ ਕਿਹਾ ਵਾ ਬਈ ਉਹਦੇ ਕੋਲ ਜਾਂਦਾ ਪ੍ਰਮੋਸ਼ਨ ਲਈ, ਹਨਾ ਏਦਾਂ ਫੀਲ ਕਰਾਉਂਦਾ ਕਿ ਬਹੁਤ ਨੇੜੇ ਕਲੋਜ਼ ਵਾਲੇ ਦੋਸਤ ਆ। ਕੱਲ ਫਿਰ ਪਦ ਪੈ ਗਏ ਉਹਦੇ, ਮੈਂ ਤਾਂ ਜਾਣਦਾ ਵੀ ਨੀ। ਮੈਨੂੰ ਤਾਂ ਪ੍ਰੋਡਿਊਸਰ ਨੇ ਕਿਹਾ ਸੀ ਵੀ ਉਹਨੂੰ ਬੁਲਾ ਲਿਆ, ਨਾਲ ਫੋਟੋ ਕਰਾ ਲਈ ਅਸੀਂ ਯਾਰ। ਉਹ ਏਦਾਂ ਹੀ ਸੈਲੀਬ੍ਰਿਟੀ ਵੀ ਪ੍ਰੋਡਿਊਸਰ ਨੇ ਕਿਹਾ ਜਾਂ ਪੈਸੇ ਲੈ ਕੇ ਆ ਗਏ, ਪ੍ਰੋਡਿਊਸਰ ਨੇ ਕਿਹਾ ਵੀ ਆ ਗਿਆ ਉਹ ਬੰਦਾ ਇਹੋ ਜਿਹਾ। ਮੈਨੂੰ ਲੱਗਦਾ ਜਿੱਥੇ ਹੀ ਉਹ ਜਿਹੜਾ ਬੰਦਾ ਉਹਦੇ ਕੋਲ ਜਾਂਦਾ ਉਹਨੂੰ ਜਵਾਬ ਨੀ ਦਿੰਦਾ, ਉਹ ਰਿਸਪੈਕਟ ਨਾਲ ਤੁਰ ਪੈਂਦਾ ਨਾਲ। ਜੇ ਉਹ ਨਾਲ ਤੁਰਿਆ, ਅੱਜ ਤੇਰੇ ਗੋਲੀਆਂ ਵੱਜੀਆਂ ਨੇ ਘਰ ਦੇ ਵਿੱਚ, ਮੈਨੂੰ ਪਤਾ ਤੇਰਾ ਮੂੰਹ ਦੇਖ ਕੇ ਲੱਗਦਾ ਸੀ ਵੀ ਉਹਨੇ ਜੋਗੇ ਤੁਸੀਂ ਹੈ ਨੀ। ਗਿੱਪੀ ਗਰਿਆਲ ਬਾਰੇ ਕਿਹੜੇ ਘੱਟ ਫਵਾਵਾਂ ਉੱਡੀਆਂ ਨੇ, ਇਹ ਵੀ ਤਾਂ ਖਾਂਦਾ ਹੀ ਆ। ਨਵੇਂ ਬੰਦਿਆਂ ਨੂੰ ਚਾਂਸ ਦਿੰਦਾ ਇਹ, ਜਿਹੜੀ ਨਵੀਂ ਫਿਲਮ ਕਿਸੇ ਨੇ ਕੱਢਣੀ ਆ, ਇਹ ਬੰਦੇ ਇਹ ਉੱਪਰ ਬੈਠੇ ਜਿਹੜੀਆਂ ਭੈਣ ਚੋਂ ਇਲਾਂ ਨੇ ਗਿਲਜਾਂ ਨੇ, ਇਹ ਨਵੇਂ ਬੰਦਿਆਂ ਨੂੰ ਨਵੇਂ ਆਉਂਦੇ ਹੀਰੋਆਂ ਨੂੰ ਕਿਵੇਂ ਖਾਂਦੇ ਨੇ, ਕਿਵੇਂ ਖਤਮ ਕਰਦੇ ਨੇ, ਕੋਈ ਆਈਡੀਆ ਨਹੀਂ ਤੁਹਾਨੂੰ। ਇਹ ਜਮਾਂ ਖਤਮ ਕਰ ਦਿੰਦੇ ਨੇ ਨਵੇਂ ਬੰਦੇ ਨੂੰ। ਇੱਕ ਅੱਧੀ ਫਿਲਮ ਦੇ ਪੈਸੇ ਹੁੰਦੇ ਆ ਬੰਦੇ ਕੋਲ, ਉਹ ਲਾ ਦਿੰਦੇ ਆ, ਉਹ ਲਾ ਕੇ ਨਾ ਉਹਨੂੰ ਸਕਰੀਨਾਂ ਦਿੰਦੇ ਆ ਨਾ ਟਾਈਮ ਦਿੰਦੇ ਆ, ਤੇ ਉਹਦੇ ਬਰਾਬਰ ਫਿਲਮ ਵੀ ਖੜੀ ਕਰ, ਉਹਦੇ ਬਰਾਬਰ ਫਿਲਮ ਵੀ ਖੜੀ ਕਰ ਦਿੰਦੇ ਆ ਇਹ, ਹਨਾ। ਐਂ ਖਤਮ ਕਰ ਦਿੱਤਾ ਜਾਂਦਾ ਬੰਦਾ ਨਵਾਂ, ਠੀਕ ਆ। ਇਹਦੇ ਵਾਲੇ ਇਹ ਕਿਹੜਾ ਚੰਗਾ ਨੇ, ਜਿੰਨੇ ਵੀ ਮੈਂ ਸਾਰੀ ਖੁੱਲ ਕੇ ਬੋਲਦਾ ਨੀ ਬਾਈ, ਇਹਦੇ ਭਾਂਡੇ ਖੁੱਲਣਗੇ। ਹਾਂ, ਸਾਰੀ ਆਵਾਮ ਨੂੰ ਇਹ ਜਿਹੜੇ ਵੀ ਸਾਡੇ ਦੋ ਚਾਰ ਬੰਦੇ ਦੇਖਦੇ ਆ ਨਾ ਸਾਨੂੰ, ਤੁਹਾਨੂੰ ਸਿੰਗਰਾਂ ਨੂੰ ਪੰਜਾਬੀ ਹੀਰੋਆਂ ਨੂੰ ਸੀਰੀਅਸ ਲੈਣ ਦੀ, ਸਿੰਗਰ ਹੀ ਅੱਜ ਕੱਲ੍ਹ ਹੀਰੋ ਬਣੇ ਹੋਏ ਨੇ, ਸੀਰੀਅਸ ਲੈਣ ਦੀ ਕੋਈ ਲੋੜ ਨਹੀਂ। ਸਾਰੇ ਇੱਕ ਤੋਂ ਇੱਕ ਚੜ੍ਹਨੇ ਇਹ, ਠੀਕ ਹੈ ਨਾ, ਸਾਰੇ ਇੱਕ ਤੋਂ ਇੱਕ ਚੜ੍ਹਨੇ। ਇਹ ਤੁਹਾਨੂੰ ਮੈਨੂੰ ਫੁੱਦੂ ਬਣਾ ਕੇ ਮਾਰਕੀਟ ਦੇ ਵਿੱਚ ਇੱਕ ਟੌਪਿਕ ਸੈੱਟ ਕੇ ਰੁਪਈਆ ਕਮਾ ਕੇ ਹੋ ਜਾਂਦੇ ਆ, ਠੀਕ ਹੈ। ਆਪਾਂ ਹੀਰੋ ਹੀਰੋ ਕਰਦੇ ਇਹਨੇ ਰੀਸੈਂਟਲੀ, ਹੁਣ ਬਾਈ ਗੱਗੂ ਗੈਲ ਚ ਉਹ ਛਿੱਟੇ ਮਾਰਦਾ ਦਾ ਫਿਰਦਾ ਸੀ, ਉਹਨੂੰ ਘੈਂਟ ਬੰਦਾ ਕਹਿੰਦੇ ਸੀ, ਵਧੀਆ ਕਹਿੰਦੇ ਸੀ, ਅਣਕਾਲਾ ਕਹਿੰਦੇ ਆ ਜਾਂ ਪਹੁ ਕਹਿੰਦੇ ਆ, ਹਨਾ। ਇਹ ਚੀਜ਼ਾਂ ਨੇ, ਇਹ ਨਹੀਂ ਲੱਗਣਾ ਇੰਨਾ ਮਗਰ, ਛੱਡ ਦਿਓ ਆਪਦੇ ਕੰਮ ਤੇ ਫੋਕਸ ਕਰੋ। ਅਗਰ ਤੁਸੀਂ ਆਪ ਕੁਛ ਕਰਦੇ ਤਾਂ ਕਰੋ, ਠੀਕ ਆ। ਇਹ ਸਾਊ ਬਣਦਾ ਇਹ ਗਿੱਪੀ ਗਰਿਆਲ ਵੀ ਜ਼ਿਆਦਾ, ਅਤੇ ਇਹ ਸਾਰੇ ਇੱਕੋ ਹੀ ਥਾਲੀ ਦੇ ਚੱਟੇ ਵੱਟੇ ਨੇ, ਲੇਕਿਨ ਘੁੰਮ ਘੁੰਮਾ ਕੇ ਹੁਣ ਇਹਨਾਂ ਦੇ ਵਿਹੜਿਆਂ ਤੇ ਲੱਗੀਆਂ ਨੇ ਗੋਲੀਆਂ ਦਰਵਾਜ਼ਿਆਂ ਤੇ, ਹੁਣ ਫਟੀ ਆ ਇਹਨਾਂ ਦੀ, ਹੁਣ ਫਟੀ ਆ ਹੁਣ ਪਈ ਆ, ਹਨਾ। ਦੂਜਿਆਂ ਨੂੰ ਡਰਵਾਉਣਾ, ਕਿਸੇ ਤੋਂ ਧਮਕੀਆਂ ਦਵਾਉਣੀਆਂ ਸੌਖੀਆਂ, ਜਦੋਂ ਆਦਤ ਤੇ ਪੈਣੀ ਆ ਉਦੋਂ ਭੱਜਣਾ ਸਭ ਨੇ, ਉਦੋਂ ਭੱਜਣਾ ਸਾਰਿਆਂ ਨੇ। ਸਭ ਇਹ ਸਾਰੇ ਇੱਕੋ ਜਿਹੇ ਆ, ਆਪਣੇ ਕਹਿਣ ਦਾ ਮਤਲਬ ਇਹ ਆ, ਪਰ ਫਿਰ ਵੀ ਉਹ ਸੈਲੀਬ੍ਰਿਟੀ ਆ, ਲੋਕੀ ਉਹਨਾਂ ਦੇ ਪਿੱਛੇ ਆ, ਉਹਨਾਂ ਦੀ ਕਹੀ ਗੱਲ ਬਹੁਤ ਦੂਰ ਤੱਕ ਜਾਣੀ ਆ। ਉੱਠ ਕੇ ਹਜੇ ਵੀ ਤੁਸੀਂ ਅੰਦਰ ਅੰਦਰ ਹੀ ਘੁੱਟੋਗੇ, ਜਾਂ ਐਲੀ ਮਾਰਕਟ ਹੁਣ ਵੀ ਚੁੱਪ ਹੋ ਕੇ ਬਹਿ ਜੂਗਾ, ਗਿੱਪੀ ਗਰਿਆਲ ਚੁੱਪ ਹੋ ਕੇ ਬਹਿ ਜੂਗਾ, ਨਹੀਂ, ਮਹੀਨੇ ਬਾਅਦ ਫਿਰ ਤੁਹਾਡੀ ਦੀ ਵਾਰੀ ਆਈ ਲੈ, ਮਾਰਨਾ ਤਾਂ ਇਹ ਸੂਈ ਘੁੰਮੂਗੀ, ਗੇੜਾ ਆਊਗਾ, ਤੁਹਾਨੂੰ ਇਕੱਠੇ ਹੋ ਕੇ ਇਹਦਾ ਹੱਲ ਕਰਨਾ ਪੈਣਾ ਵਾ, ਆਵਾਜ਼ ਉਠਾਉਣੀ ਪੈਣੀ ਆ। ਸੀ ਐਮ ਕੋਲ ਜਾਓ ਯਾਰ, ਤੁਸੀਂ ਛੇਤੀ ਮਿਲ ਲੈਣਾ, ਸਾਡੇ ਵਰਗੀ ਤਾਂ ਪਹੁੰਚ ਹੀ ਨਹੀਂ ਉੱਥੇ ਤੱਕ ਸੀ ਐਮ ਕੋਲ ਜਾਣਾ। ਤੁਸੀਂ ਇਕੱਠੇ ਹੋਵੋ, ਕਮੇਟੀ ਬਣਾਓ ਆਪਦੀ ਸੈਲੀਬ੍ਰਿਟੀਆਂ ਦੀ, ਤੇ ਪਹੁੰਚੋ ਵੀ, ਸਾਨੂੰ ਇੰਨੀਆਂ ਧਮਕੀਆਂ ਆਉਂਦੀਆਂ, ਵਿਚਲੀਆਂ ਗੱਲਾਂ ਕੱਢੋ। ਡਰਦੇ ਲੋਕੀ ਬੋਲਦੇ ਨੀ ਗੇ, ਸਾਰੇ ਡਰਦੇ ਬੋਲਦੇ ਨੀ ਗੇ, ਬਸ ਇੱਕ ਬਸ ਜਾਂ ਤਾਂ ਪੈਸੇ ਦੇ ਕੇ ਚੁੱਪ ਹੋਈ ਜਾਂਦੇ ਆ, ਜਾਂ ਉਈ ਸ਼ਾਂਤ ਹੋਈ ਜਾਂਦੇ ਆ ਵੀ ਸਾਡਾ ਕੰਮ ਚੱਲੀ ਜਾਂਦਾ ਬਸ। ਬਟ ਇੱਕ ਇੱਕ ਕਰਕੇ ਸਭ ਤੇ ਗੇੜਾ ਆਉਣਾ ਹੀ ਆਉਣਾ ਹੈ, ਪਟਾ ਚੜ੍ਹਨਾ ਹੀ ਆ ਸਭ ਤੇ। ਸੋ ਬੋਲਣਾ ਜ਼ਰੂਰੀ ਆ ਤੁਹਾਨੂੰ, ਕਿਉਂ ਬਾਈ ਸਮਝ ਗੱਲ ਨੂੰ, ਏਦਾਂ ਕਹਾਣੀਆਂ ਏਦਾਂ ਚੱਲਣੀਆਂ। ਤੇ ਬਸ ਆਹ ਟੌਪਿਕ ਸੀ, ਤੇ ਫਿਰ ਐਂਡ ਤੇ ਆਪਾਂ ਇਹੀ ਕਹਿ ਰਹੇ ਹਾਂ ਕਿ ਐਲੀ ਮਾਂਗਟ ਸਾਹਿਬ ਤੁਸੀਂ ਬਚ ਗਏ ਹੋ, ਜਿਨ੍ਹਾਂ ਨੇ ਭੈਣ ਚੋ ਅੱਜ ਕੱਲ੍ਹ ਮੈਂ ਦੱਸਿਆ ਨਾ ਪਹਿਲਾਂ ਹੀ, ਉਹ ਰਿਵੋਲਵਰ ਤਾਂ ਲੈ ਕੇ ਕੋਈ ਵੀ ਦਲੇਰ ਹੋਣਾ, ਜਦ ਪਤਾ ਮੂਹਰੇ ਮੈਨੂੰ ਸ਼ਾਮ ਨੂੰ ਲਾਉਣ ਨੂੰ ਚਿੱਟਾ ਮਿਲ ਜਾਣਾ ਨਾ, ਤੇ ਮੇਰੇ ਤੋਂ ਕੋਈ ਬੰਦਾ ਮਰਜ਼ੀ ਮਰਾ ਲਾ, ਮੈਂ ਤਾਂ ਨਸ਼ੇ ਦੇ ਵਿੱਚ ਆ, ਮੈਨੂੰ ਕੀ ਪਤਾ ਹੈ ਕਿ ਨਹੀਂ, ਤੇ ਮੈਂ ਕੋਈ ਵੀ ਗੋਲੀ ਪਿੱਛੋਂ ਖੜਾ, ਮੈਂ ਬੰਦੇ ਦੇ ਕੋਲ ਹੱਥਾਂ ਨਾਲ ਮਾਰਨਾ, ਕੁੱਟ ਕੇ ਮਾਰਨਾ, ਗੋਲੀ ਮਾਰ ਕੇ ਨਿਕਲ ਲੈਣਾ, ਕੋਈ ਵੱਡੀ ਗੱਲ ਤੇ ਆਪਦੀ ਤੁਸੀਂ ਸੇਫਟੀ ਔਰ ਆਪਦੇ ਹੱਥ ਵਿੱਚ, ਅਗਰ ਇਹਦਾ ਥੋਤੋਂ ਹੱਲ ਹੁੰਦਾ, ਸੋਲੂਸ਼ਨ ਹੁੰਦਾ, ਕੱਢੋ ਚਾਰ ਬੰਦੇ ਇਕੱਠੇ ਹੋ ਕੇ, ਵਾਰੀ ਵਾਰੀ ਗੱਲ ਆਪਾਂ ਰਿਪੀਟ ਨਹੀਂ ਕਰਨੀ। ਤੇ ਗਿੱਪੀ ਗਰਿਆਲ ਸਾਹਿਬ ਤੁਹਾਨੂੰ ਜ਼ਿਆਦਾ ਡਰ ਕੇ ਫੇਸ ਐਕਸਪ੍ਰੈਸ਼ਨ ਇੰਨੇ ਡਰੇ ਹੋਏ ਨਹੀਂ ਦੇਣੇ ਚਾਹੀਦੇ, ਹੀਰੋ ਆ, ਐਕਸਪ੍ਰੈਸ਼ਨ ਸਹੀ ਰੱਖ ਲੈ, ਤੂੰ ਲੋਕਾਂ ਦਾ ਹੀਰੋ ਆ ਤੂੰ। ਮੈਨੂੰ ਕੋ ਅਭੀ ਪਤਾ ਨਹੀਂ ਚਲਾ, ਅਭੀ ਮੈਂ ਖੁਦ ਐਨਾਲਾਈਸਿਸ ਕਰ ਰਹਾ ਹੂੰ ਐਸਾ। ਉਹ ਤੂੰ ਸਿੱਧੀ ਕਹਿ, ਗੋਲੀਆਂ ਵੱਜੀਆਂ ਭਾਈ ਦੇਖਦੇ ਹਾਂ, ਕੋਈ ਗੱਲ ਨਹੀਂ, ਹਨਾ, ਬੰਦਿਆਂ ਕੋ ਗੜਸ ਵਾਲੀ ਗੱਲ ਕਰ, ਜੱਟਾਂ ਵਾਲੀ ਗੱਲ ਕਰ, ਜਿਹੜਾ ਤੇਰਾ ਬਣਦਾ ਵਾ ਹੈ ਕਿ ਨਹੀਂ, ਤੇ ਤੂੰ ਕਹਿ ਕੱਲ ਨੂੰ ਲਾਈਵ ਤੇ ਹੋ ਕੇ ਬੈਠ ਕੇ ਕਹਿ, ਜਿਵੇਂ ਜੱਟ ਬਹਿੰਦਾ ਹੁੰਦਾ ਸੀਗਾ ਵੀ ਆ ਜਾਓ, ਤੁਹਾਨੂੰ ਤੁਸੀਂ ਮੇਰੇ ਤੇ ਅਟੈਕ ਕੀਤਾ, ਮੈਂ ਦੱਸੂ ਤੁਹਾਨੂੰ ਕੱਲੇ ਕੱਲੇ ਨੂੰ, ਹਨਾ, ਆਪਦੀ ਵਾਰੀ ਚੀਕਾਂ ਮਾਰਿਓ, ਸੁਣਿਆ ਹੋਣਾ ਸਿੱਧੂ ਮੂਸੇਵਾਲੇ ਦੇ ਲਾਈਫ ਤੁਸੀਂ, ਹਨਾ, ਉਹਦੇ ਵਰਗੀ ਦਲੇਰੀ ਕਰੋ ਪੇਸ਼,
ਜਦ ਲੋਕਾਂ ਨੂੰ ਤੁਸੀਂ ਤਸੀਹੇ ਮਤਲਬ ਲੋਕਾਂ ਨੂੰ ਤੁਸੀਂ ਟੋਰਚਰ ਕਰਦੇ ਹੋ, ਲੋਕਾਂ ਦੇ ਕਰੀਅਰ ਖਰਾਬ ਕਰਦੇ ਹੋ, ਤਾਂ ਹੁਣ ਬੈਠ ਕੇ ਦੋ ਦਲੇਰੀ ਵਾਲੀਆਂ ਨਸੀਹਤਾਂ ਮੂਹਰੇ ਹੈ ਨਾ ਐਂ ਭਚੀਕੜ ਜਾਂ ਚੂਚੂ ਪੂਚੂ ਕਰਕੇ ਨਾ ਐਂ ਮੈਂ ਐਨਾਲਾਈਸਿਸ ਕਰ ਰਿਹਾ ਹਾਂ ਮੇਰੇ ਤੋਂ ਘਰ ਪਿਆ, ਮੈਂ ਖੁਦ ਪਰੇਸ਼ਾਨ ਹਾਂ। ਕੀ ਪਰੇਸ਼ਾਨ ਹੈ ਤੈਨੂੰ ਪਤਾ ਨਹੀਂ ਹੈਗਾ ਗੋਲੀਆਂ ਮਾਰ ਕੇ ਉਹ ਗੈਂਗਸਟਰ ਨੇ ਹੈਂ, ਉਹ ਕਿਹੜਾ ਉਹ ਕਿਹੜਾ ਤੈਨੂੰ ਡੈਸਪਰੀਨ ਦੀਆਂ ਗੋਲੀਆਂ ਮਾਰ ਗਏ ਜਾਂ ਪੈਰਾਸੀਟਾਮੋਲ ਦੀਆਂ ਮਾਰ ਗਏ, ਸਾਰਾ ਬੰਦੂਕ ਦੀਆਂ ਬੰਦੂਕ ਦੀਆਂ ਗੋਲੀਆਂ ਮਾਰ ਕੇ ਗਏ ਹੋਏ ਨੇ। ਨਹੀਂ ਤਾਂ ਭੱਜ ਕੇ ਦੁਬਈ ਆ ਜਾਓ, ਗਰੰਟੀ ਆ ਦੁਬਈ ਬਹਿ ਜਾਓ, ਦੁਬਈ ਦੀ ਗਰੰਟੀ ਲੈਂਦੇ ਹਾਂ ਨਾ ਵੀ, ਇੱਥੇ ਨਹੀਂ ਹੈਗਾ ਕੁਛ। ਇਸ ਕਰਕੇ ਆ ਕਾਹਨੂੰ ਅਸੀਂ ਬੋਲਣਾ ਤਾਂ ਬਹੁਤ ਕੁਛ ਆ, ਗੁੱਸੇ ਚ ਵੀ ਬੋਲ ਸਕਦੇ, ਲੇਕਿਨ ਆਪਾਂ ਉਹ ਨਹੀਂ ਇਹ ਤਾਂ ਸਾਡੇ ਦਿਲ ਦੀ ਗੱਲ ਆ ਮੈਟਰ ਦੇ ਵਿੱਚ, ਤੇ ਏਡੇ ਹੋ ਗਏ ਯਾਰ, ਕਿੱਥੇ ਕਿਹਨੂੰ ਬੋਲੀਏ ਕੀ ਕਰੀਏ, ਆਪਸ਼ਨ ਮੀਡੀਆ ਸਾਨੂੰ ਸਾਡੇ ਕੋਲ ਚੈਨਲ ਹੈਗਾ, ਉਹ ਤੇ ਦੋ ਚਾਰ ਜਾਣੇ ਸੁਣ ਲੈਂਦੇ ਆ, ਅਸੀਂ ਗੱਲ ਕਰਾਂ ਕੋਈ ਗਲਤ ਨਹੀਂ ਕਰ ਰਹੇ ਬਾਈ, ਸ਼ਾਇਦ ਕਿਸੇ ਸੁਣ ਲਵੇ ਕੋਈ ਮਾਹੌਲ ਸਹੀ ਹੋਜੂਗਾ ਜੀ, ਤੇ ਸੈਲੀਬ੍ਰਿਟੀਆਂ ਦਾ ਬਹੁਤ ਵੱਡਾ ਹੱਥ ਹੋਜੂਗਾ ਜੇ ਤੁਸੀਂ ਕਦਮ ਚੱਕੋ ਤਾਂ, ਗੌਰਮੈਂਟ ਵੱਲੋਂ ਐਕਸ਼ਨ ਲਿਆ ਜਾਊਗਾ ਯਾਰ। ਗੌਰਮੈਂਟ ਪਤਾ ਨੀ ਕਿਉਂ ਸੁੱਤੀ ਪਈ ਆ, ਅਸਲੀ ਪਤਾ ਨੀ ਕਿਉਂ ਸੁੱਤੀ ਪਈ ਆ। ਪਹਿਲਾਂ ਉਹ ਕਹਿੰਦੇ ਸੀ ਭਾਈ ਇਹ ਪੋਲੀਟੀਸ਼ਨਾਂ ਦੇ ਅੰਡਰ ਆਉਂਦੀ ਆ ਪੁਲਿਸ, ਤਾਂ ਨੀ ਕੰਮ ਕਰਦੇ, ਮੈਨੂੰ ਲੱਗਦਾ ਹੁਣ ਤਾਂ ਫ੍ਰੀ ਛੱਡੀ ਹੋਈ ਆ ਪੁਲਿਸ, ਹੁਣ ਪੋਲੀਟੀਸ਼ਨ ਹੁਣ ਪੋਲੀਟੀਕਲ ਇੰਟਰਫੇਰੈਂਸ ਨਹੀਂ ਹੈਗਾ ਉਹਦੇ ਵਿੱਚ, ਹੁਣ ਪੰਜਾਬ ਪੁਲਿਸ ਜਮਾਂ ਹੀ ਅਲੋਨ ਆ, ਹਾਲੇ ਤੱਕ ਕੋਈ ਐਕਸ਼ਨ ਨਹੀਂ ਦੇਖਿਆ, ਹਾਲਾਂਕਿ ਉਹਨਾਂ ਨੂੰ ਲਾਈਫ ਜੈਕਟਾਂ ਪਵਾਤੀਆਂ ਗੈਂਗਸਟਰਾਂ ਨੂੰ ਇਹਨਾਂ ਨੇ, ਹੋਰ ਲਾਈਫ ਜੈਕਟਾਂ ਪਵਾ ਦੇ ਵੀ ਤੁਹਾਨੂੰ ਨਾ ਕੋਈ ਹੱਥ ਲਾ ਜੇ ਪੁੱਤ, ਲੋਕਾਂ ਨੂੰ ਮਾਰਦੇ ਆ, ਜਿਹੜੇ ਲੋਕਾਂ ਨੂੰ ਮਾਰਦੇ ਉਹਨਾਂ ਨੂੰ ਬੁਲਟ ਪਰੂਫ ਗੱਡੀਆਂ ਦੇਤੀਆਂ। ਜੇਲ੍ਹਾਂ 'ਚ ਤਾਂ ਫੋਨ ਨਹੀਂ ਬੰਦ ਹੋਏ, ਗੈਂਗਸਟਰ ਕਿੱਥੇ ਖਤਮ ਹੋ ਜਾਣਗੇ। ਆਹ ਗੌਰਮੈਂਟ ਕਹਿੰਦੀ ਸੀਗੀ ਆਹ ਜਿਹੜਾ ਨਵਾਂ ਜੇਲਰ ਜਾਂ ਸਰਦਾਰ ਜਿਹਾ ਕੌਣ ਬਣਿਆ ਕੇ ਜਾ ਗਿਆ ਮੁੰਡਾ ਜਿਹਦਾ ਵਿਆਹ ਵੀ ਹੋਇਆ ਵਾ ਰੀਸੈਂਟਲੀ, ਬਸ ਮੈਂ ਹੁਣ ਐਂ ਕਰ ਦੂ ਜੀ ਐਂ ਕਰ ਦੂ, ਸਭ ਆਈਡੀਏ ਪਤਾ, ਐਂ ਚੈਕਿੰਗ ਹੁੰਦੀ ਆ, ਉਹ ਚੈਕਿੰਗ ਹੁੰਦੀ ਆ, ਕਿੰਨੀ ਵਾਰ ਜੇਲ੍ਹ ਚੋਂ ਵੀਡੀਓ ਆ ਗਈਆਂ ਯਾਰ, ਦਰ ਫਿੱਟੇ ਮੂੰਹ ਤੁਹਾਡੇ ਜਿਹੜੇ 92 ਜਿੱਤੇ ਨਾ ਆਮ ਆਦਮੀ ਪਾਰਟੀ ਦੇ, ਮੈਨੂੰ ਲੱਗਦਾ ਉਹਨਾਂ ਨੇ ਤਰੱਕੀ ਦੇ ਨਾਂ ਤੇ ਆਪਦੇ ਵਜਨ ਹੀ ਵਧਾਇਆ, ਵੇਟ ਹੀ ਵਧਾਇਆ ਪਤੰਦਰ, ਵੇਟ ਹੀ ਵਧਾਇਆ, ਹੋਰ ਮੈਨੂੰ ਲੱਗਦਾ ਕੁਛ ਨੀ ਯਾਰ, ਪਰਫਾਰਮੈਂਸ ਦੇਖ ਰਹੀ ਹਾਂ ਜੇਲ੍ਹ ਮੰਤਰੀ, ਮੈਨੂੰ ਲੱਗਿਆ ਸੀ ਵੀ ਇਹ ਅਸੀਂ ਪਸੰਦ ਕਰਦੇ ਆ ਆਮ ਆਦਮੀ ਪਾਰਟੀ ਨੂੰ, ਕੌਣ ਕਹਿੰਦਾ ਹੁੰਦਾ ਵੀਡੀਓ ਵਿੱਚ ਅਸੀਂ ਕਹਿੰਦੇ ਆ, ਤੇ ਲੇਕਿਨ ਫਿਰ ਉਹ ਦਿਲੋਂ ਵੀ ਛੇਤੀ ਲਾ ਦਿੰਦੇ ਆ ਅਸੀਂ, ਹੈ ਕਿ ਨਹੀਂ, ਜਿਹੜੇ ਹਿਸਾਬ ਨਾਲ ਪਰਫਾਰਮੈਂਸ ਦੀ ਐਕਸਪੈਕਟੇਸ਼ਨ ਸੀਗੀਆਂ ਨਹੀਂ ਆਈ, ਆਹੀ ਆਵਾਮ ਆ ਜਿਹਨਾਂ ਨੇ ਜਿਤਾਇਆ, ਇਹੀ ਆਵਾਮ ਆ ਤੁਹਾਨੂੰ ਆਰਾਮ ਨਾਲ ਸਾਈਡ ਤੇ ਕਰ ਦੇਣਾ ਇਹਨਾਂ ਨੇ, ਫਿਰ ਤਾਂ ਅਕਾਲੀ ਦਲ 100 ਗੁਣਾ ਚੰਗੇ ਆ। ਇਹਨਾਂ ਨੂੰ ਪਤਾ ਕੀ ਆ, ਇਹਨਾਂ ਨੂੰ ਹੈਗਾ ਬਈ ਆਪਸ਼ਨ ਹੈ ਨੀ ਲੋਕਾਂ ਕੋਲ, ਹਾਂ ਆਪਸ਼ਨ ਹੈਗੀ, ਆਪਸ਼ਨ ਹੈਗੀ ਆ, ਸੁਖਬੀਰ ਸਿੰਘ ਬਾਦਲ ਮਾੜਾ ਨੀ, ਉਹ ਧਾਕੜ ਬੰਦਾ ਜਿੱਦਣ ਆ ਗਿਆ ਉਹਨੇ ਧੱਕ ਪਾ ਦੀਆਂ ਫੁੱਲ, ਜਿੱਦਣ ਮਜ਼ਾਕ ਮਜ਼ਾਕ ਹੀ ਆ, ਜਿੱਦਣ ਆਉਂਦਾ ਨਾ ਬਾਹ ਪਾਉਣ ਤੇ ਉਹ ਬਾਹ ਪਰ ਬਹੁਤ ਤਕੜੀ ਪਾਉਂਦਾ ਉਹ, ਚਲੋ ਠੀਕ ਹੈ ਨਾ, ਹੁਣ ਅਸੀਂ ਬੋਲਣ ਤੇ ਬਹੁਤ ਕੁਛ ਬੋਲ ਸਕਦੇ, ਕੱਲ ਨੂੰ ਸਾਨੂੰ ਪਤਾ ਵੀ ਨਹੀਂ ਲੱਗਣਾ ਅਸੀਂ ਕਿਹਦੇ ਖਿਲਾਫ ਬੋਲ ਗਏ ਕਿਹਦੇ ਨਾਲ ਬੋਲ ਗਏ, ਤੇ ਇਸ ਕਰਕੇ ਅਸੀਂ ਆਪਦਾ ਇੱਕ ਗੱਲ ਮੈਂ ਪਹਿਲਾਂ ਹੁਣੀ ਕਹਿ ਕੇ ਹਟਾ, ਖਿਲਾਫ ਨੀ ਕਿਸੇ ਦੇ, ਪਿਆਰ ਆ ਪੰਜਾਬ ਲਈ ਵੀ ਯਾਰ, ਮਾਹੌਲ ਖਰਾਬ ਆ, ਅਸੀਂ ਸਾਡੇ ਵਰਗੇ ਬੰਦੇ ਸੋਚਦੇ ਅਸੀਂ ਜਾ ਕੇ ਬੈਠੀਏ ਦੁਬਾਰਾ, ਬਟ ਇਹ ਮਾਹੌਲ 'ਚ ਕਿਵੇਂ ਬੈਠਾਂਗੇ ਯਾਰ ਫੈਮਲੀਆਂ ਲੈ ਕੇ ਉੱਥੇ, ਤੇ ਗੌਰਮੈਂਟ ਜਿਹੜੀ ਕਰੰਟ ਆ ਅਸੀਂ ਉਹਦੇ ਬਾਰੇ ਹੀ ਬੋਲ ਸਕਦੇ ਹਾਂ, ਜਿਹੜੀ ਕੋਈ ਵੀ ਹੁੰਦਾ ਕਾਂਗਰਸ ਹੁੰਦੀ ਅਕਾਲੀ ਹੁੰਦਾ ਸੀ ਉਹਨੂੰ ਬੋਲਣਾ ਸੀਗਾ, ਫਿਰ ਤਾਂ ਸਤਯੁਗ ਆ ਗਿਆ, ਜੇ ਤੁਸੀਂ ਜਿਹੜੇ ਸਾਨੂੰ ਭਾਲਦੇ ਹੋ ਨਾ, ਫਿਰ ਤਾਂ ਸਤਯੁਗ ਆ ਗਿਆ, ਉਹ ਸਤਯੁਗ ਤਾਂ ਚੱਲਦਾ ਨੀ, ਕਲ ਜਾਊਗਾ, ਇਹ ਤਾਂ ਚੱਲੂਗਾ, ਗੰਦ ਨੀ ਕਹਿ ਸਕਦੇ ਤੁਸੀਂ, ਸਮਾਰ ਦੋ ਤੁਹਾਡੇ ਹੱਥ ਡੋਰ ਆਈ ਆ, ਤੁਸੀਂ ਸਮਾਰ ਦੋ ਇਹਦੇ ਨਾ, ਜਾਣੀ ਕਿ ਚਿੱਟਾ ਗੈਂਗਸਟਰ ਤੇ ਥੋੜੀ ਮੋਟੀ ਜੌਬ, ਤਿੰਨ ਕੰਮ ਕਰ ਦੋ ਵੀ, ਹੋਰ ਲੋਕਾਂ ਨੂੰ ਕੁਛ ਚਾਹੀਦਾ ਨਹੀਂ, ਲਾਈਫ ਥੋੜੀ ਸਿਕਿਉਰ ਹੋ ਜਾਵੇ, ਤਾਂ ਬਥੇਰਾ ਕੰਮ ਧੰਦਾ ਕਰ ਲੈਂਦੇ ਯਾਰ, ਲੱਭ ਲੈਂਦੇ ਪਤਾ ਨਾਲੇ, ਐਗਜ਼ਾਮਪਲ ਉਹ ਫਾਰਮ ਪ੍ਰੋਟੈਸਟ ਤੇ ਖੜੀ ਕੀਤੀ ਆ, ਬਦਾਮਾਂ ਦੇ ਲੰਗਰ ਲਾਤੇ ਅਗਲਿਆਂ ਨੇ, ਕਾਜੂਆਂ ਦੇ ਲੰਗਰ ਲਾਤੇ, ਹੈ ਹੈਰਾਨ ਹੋ ਗਏ ਵੀ ਉਹਨਾਂ ਨੂੰ ਸੀਗਾ ਵੀ ਇਹਨਾਂ 2 ਮਹੀਨੇ ਬਾਅਦ ਖਾਣਾ ਇਹਨਾਂ ਕੋਲ ਮੁੱਕ ਜਾਣਾ, ਇਹਨਾਂ ਨੇ ਆਪ ਹੀ ਉੱਠ ਕੇ ਚਲੇ ਜਾਣਾ, ਆਪ ਚੰਨ ਕਿਤੇ ਮੁੱਕਣ ਲੱਗੇ, ਉੱਥੇ ਕਾਰਖਾਨੇ ਲਾਤੇ ਅਗਲਿਆਂ ਨੇ ਰੋਟੀਆਂ ਦੇ। ਚਲੋ ਇਹ ਚੀਜ਼ ਆ ਵੀਰੇ, ਕੁਛ ਗਲਤ ਕਿਹਾ ਗਿਆ ਤਾਂ ਮਾਫੀ ਉਹਦੇ ਲਈ, ਤੇ ਸਾਡੇ ਵਲੌਗ ਨੂੰ ਬਾਕੀ ਪਿਆਰ ਮੁਹੱਬਤ ਆਈ ਦਿੰਦੇ ਰਹੋ, ਐਲੀ ਮੰਗਟ ਬਾਈ ਦੁਆ ਕਰ ਤੇਰੇ ਲਈ, ਅਸੀਂ ਦੁਆ ਮੰਗਦੇ ਹਾਂ ਵੀਰੇ, ਤੇਰੇ ਜਾਂ ਤੇ ਤੇਰਾ ਖਾਧਾ ਪੀਤਾ ਕੋਈ ਲਿਆ ਦੇ ਅੱਗੇ ਆ ਗਿਆ, ਵਧੀਆ ਚੀਜ਼ਾਂ ਤੇਰੇ ਮਾਂ ਦੀਆਂ ਦੁਆਵਾਂ ਅੱਗੇ ਆ ਗਈਆਂ, ਤੇ ਸਾਰੇ ਸਿੰਗਰਾਂ ਲਈ ਦੁਆਵਾਂ ਹੀ ਨੇ, ਤੁਸੀਂ ਲੰਘ ਤਾਂ ਬੜੇ ਬੈਡ ਟਾਈਮ ਦੇ ਵਿੱਚ ਰਹੇ ਹੋ, ਚਲੋ ਕੋਈ ਗੱਲ ਨਹੀਂ, ਨਿਕਲ ਜੂਗਾ ਟਾਈਮ, ਤੁਸੀਂ ਤਾਂ ਫੇਰ ਸ਼ੁਕਰ ਮਨਾਓ ਸਾਡੇ ਵਰਗੇ ਕੋ ਗੱਲ ਪਹੁੰਚ ਜਾਂਦੀ ਹੈ, ਫੇਰ ਚੱਲ ਦੁਆ ਮੰਗ ਲੈਂਦੇ ਯਾਰ, ਬਾਅਦ ਚ ਜਵਾਕ ਨੂੰ ਕੁਛ ਹੋਵੇ ਨਾ, ਜਿਹਨੇ ਆਮ ਬੰਦਿਆਂ ਨੂੰ ਡੇਲੀ
ਜਿਹੜੇ ਮਾਰਕੀਟ ਵਾਲੇ ਬਿਜ਼ਨਸਮੈਨ ਉਹਨਾਂ ਨੂੰ ਕਾਲ ਆ ਜਾਂਦੀਆਂ, ਧਮਕੀਆਂ ਆਉਂਦੀਆਂ ਜਾਂ ਕਈਆਂ ਦੇ ਗੋਲੀਆਂ ਹੀ ਵੱਜ ਜਾਂਦੀਆਂ ਉਹ ਵੀ ਦੇਖੋ। ਤਾਂ ਤੁਸੀਂ ਯਾਰ ਸੈਲੀਬ੍ਰਿਟੀਆਂ ਕਰੋ ਯਾਰ ਕੁਛ। ਚਲੋ ਠੀਕ ਆ, ਓਕੇ ਜੀ, ਬਾਬਾਸ ਬਾਏ ਬਾਏ ਬਾਬਾਸ, ਚਲੀਏ ਫਿਰ, ਚਲੋ ਵੀ ਮਖਣ ਖਿੱਚ ਰਹੀ ਹੈ ਗੱਡੀ ਖਿੱਚਦੇ।